ਪਿੰਦਰ ਇੱਥੇ ਬਹੁਤ ਮੇਰੀ ਗੱਲ ਸੁਣੋ ਇੱਕ ਧਿਆਨ ਦੇ ਨਾਲ ਕੀ ਗੱਲ ਹੋਈ ਨਵਦੀਪ ਬਹੁਤ ਸਹੀ ਫਿਰ ਦੱਸਦੀ ਹੈ ਨਾ ਕੀ ਗੱਲ ਹੋਈ ਹੈ ਮੈਨੂੰ ਵੀ ਤੇ ਪੁੱਛਣ ਵਾਲੇ ਪੁੱਛ ਲੈਣਾ ਕਿ ਤੇਰਾ ਘਰ ਵਾਲਾ ਰੋਜ਼ ਜਿਹੜੇ ਤਿਆਰ ਹੋ ਕੇ ਜਾਂਦਾ ਕਿੱਥੇ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂ ਮੈਂ ਸ਼ਾਮ ਤੈਨੂੰ ਕਰ ਦਿਆਂਗੀ ਪਰ ਬਿੰਦਰ ਹਾਂਜੀ ਮੇਰੇ ਜੋ ਖਾਤੇ 'ਚ ਜਮ੍ਹਾਂ ਕਰਾਉਣਾ ਉਹ ਪੈਸੇ ਤੇ ਨਵ ਦਾ ਵੇਖਾ ਖਾਤਾ ਖੁੱਲ੍ਹਿਆ ਤੂੰ ਉਹਦੇ 'ਚ ਕਰਵਾ ਚਲੋ ਫਿਰ ਮੰਮੀ ਕੀ ਕਰਨਾ ਵਾ ਤੁਸੀਂ ਆਹ ਦੱਸੋ ਭਿੰਦਰ ਵੀਰ ਕਿੱਥੇ ਆ ਹੈ ਮੰਮੀ ਤੁਸੀਂ ਵੀ ਨਿਆਣੇ ਵਾਲੀਆਂ ਗੱਲਾਂ ਕਰਦੇ ਜੀ ਅਗਲੇ ਨੇ ਆਹ ਥੋੜ੍ਹਾ ਵੇਖਣਾ ਵੀ ਨਿਆਣਾ ਕਿ ਸਿਆਣਾ ਕਮਲ ਇਸੇ ਗੱਲੋਂ ਤੋਂ ਮਰਦੇ ਹੀ ਸ਼ਰਮ ਜੀ ਕਿ ਲਖਵਿੰਦਰ ਤੇ ਵਿਆਹਿਆ ਗਿਆ ਵਾ ਦੀਦੀ ਹੁਣ ਤਾਂ ਚਾਚੀ ਕਿਸੇ ਨਾਲ ਅੱਖ ਨਹੀਂ ਮਿਲਾਉਂਦੀ ਮੈਂ ਨਾ ਇੱਕ ਦਿਨ ਉਹਨਾਂ ਦੇ ਘਰ ਗਈ ਹਾਂ ਤੇ ਉਹਦੀ ਨੂੰਹ ਨਾ ਮੇਰੇ ਲਾਗੇ ਬੈਠੀ ਤੇ ਕਿਸੇ ਨੇ ਇਹ ਨਹੀਂ ਦੱਸਿਆ ਹੋਣਾ ਕਿ ਮੁੰਡਾ ਕੀ ਕਰਦਾ ਵਾ ਤੇ ਮੁੰਡੇ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਨਾ